ਕੱਢ ਚੀਟਰ ਜਾਣ ਨਹੀਂ ਮੈਂ ਦਿਆਂਗੀ ਭਾਵੇਂ ਜਿਹੜਾ ਮਰਜ਼ੀ ਗਾਣਾ ਗਾ ਅਸੀਂ ਜਾਣਾ ਹੀ ਜਾਣਾ ਚੀਟਿੰਗ ਕਰਤੀ ਹੋ ਹਮਾਰੇ ਸਾਥ ਜਦ ਸੋਵਾਂ ਮਾਹੀ ਦੇ ਨੇੜੇ ਹੋਵਾਂ ਮੰਜੀ ਦੇ ਵਿੱਚ ਦਰਖਤ ਫੇਰਦਾ ਅੱਲਾ ਮੇਰੀ ਤੌਬਾ ਆਪਾਂ ਅੰਦਾਜ਼ਾ ਲਾ ਲੈ ਮੰਜੀ ਕਿੱਡੀ ਅੜੀ ਹੋਏਗੀ ਉਸ ਤੂੰ ਮਾਈ ਦਾ ਅੰਦਾਜ਼ਾ ਲਾ ਕਿੱਥੋਂ ਦਰਖਤ ਲੈ ਕੇ ਟੁਰਿਆ ਮੈਂ ਮਦਰਾਸ ਦਾ ਹੀਰੋ ਹੋਏਗਾ ਤਾਹੀਂ ਜਾਊਂਗਾ ਸ਼ਾਬਾਸ਼ ਹਾਂਜੀ ਠੰਡਾ ਕਰੇ ਮਿੰਟੋ ਮੈਂ ਠੰਡਾ ਕਰੇ ਔਰ ਮਿੰਟੋ ਮੈਂ ਠੰਡੇ ਕੋ ਗਰਮ ਕਰੇ ਚੱਲੀ ਸਾਵਾਦੀ ਹਨੇਰੀ ਦੋ ਨਾਰ ਹਿਲ ਗਏ ਅੱਬਾ ਹਾਂ ਪੁੱਤ ਚੱਲ ਹਾਫਿਜ਼ ਜੂਸ ਤੇ ਚੱਲੀਏ ਪੁੱਤ ਹਾਫਿਜ਼ ਜੂਸ ਵਾਲਾ ਆਪ ਇੱਥੇ ਚਾਦਰ ਲੈ ਕੇ ਡਰਾਮਾ ਵੇਖਣ ਡਿਆ ਚੱਲੀ ਸਾਵਾਂ ਦੀ ਹੈ ਮੇਰੀ ਦੋ ਅਨਾਰ ਹਿੱਲ ਗਏ ਕਾਕਾ ਚੱਲੀਏ ਪੁੱਤ ਚੱਲੀਏ ਓਕੇ ਅੱਬਾ ਜੇ ਤਾਂ ਦੋ ਅਨਾਰ ਹਿੱਲੇ ਹੈ ਤਾਂ ਪੂਰੀ ਰੇੜੀ ਹਿੱਲਣੀ ਹੈ ਇੱਥੇ ਨਾ ਅਨਾਰ ਨਾ ਹਿਲਾ ਕਿਉਂ ਇਸ ਤੇ ਪਿਓ ਪੁੱਤਰ ਗੰਡੇਰੀਆਂ ਚੂਪ ਕੇ ਟੁੰਨ ਹੋ ਜਾਂਦੇ ਤਾਂ ਨਹੀਂ ਜਾਏਗਾ ਤਾਂ ਹੀ ਜਾਊਗਾ ਮੈਂ ਨਹੀਂ ਤੈਨੂੰ ਜਾਣ ਦੇਣਾ ਮੇਰਾ ਤੇ ਅੱਬਾ ਵੀ ਜਾਣ ਦੇਗਾ ਕੁਰਤੀ ਏ ਗਿੱਲੀ ਗਿੱਲੀ ਲਾਚਾ ਵੀ ਗਿੱਲਾ ਗਿੱਲਾ ਅੱਛਾ ਪਿੰਡ ਤੇ ਫਿਰਿਆ ਮਾਇਆ ਹੱਥ ਤੇਰਾ ਢਿੱਲਾ ਢਿੱਲਾ ਅੱਬਾ ਫੜਿਆ ਗਿਆ ਪਾਗਲ ਦਾ ਪੁੱਤ ਛੱਡਿਆ ਵੀ ਹੱਥ ਨੇ ਢਿੱਲਾ ਹੀ ਹੋਣਾ ਸਨ ਪਹਿਣ ਦੇ ਤੇ ਫਿਰਨ ਡਿਆ ਬਦਲਾ ਜੋ ਪਾਣੀ ਅੱਜ ਜੋ ਗਿਆ ਮੇਰੀ ਹਿੱਕ ਉੱਤੇ ਕਤਰਾ ਆਪਣੀ ਆਈ ਤੇ ਆ ਗਈ ਹੈ ਬਾਬਾ ਜੀ ਨੂੰ ਫੋਨ ਕਰ ਕਿੰਨੀ ਸ਼ਰੀਫ ਆ ਸਾਊਦੀ ਅਰਬ ਤੋਂ ਫੋਨ ਆਇਆ ਕਹਿੰਦਾ ਮੇਰੀ ਗੱਲ ਕਰਾ ਸਹੀ ਗੱਲ ਸ਼ੈਤਾਨ ਯਾਦ ਕਰ ਰਹੇ ਹੋਣੇ ਸ਼ੁਕਰ ਅਲਹਮਦੁਲਿਲਾ ਕੀ ਕਰ ਰਹੀ ਸੀ ਜਿਸ ਤਰ੍ਹਾਂ ਹੀ ਕਰਦਾ ਤੇ ਬਾਹਰ ਲਿਖਵਾ ਦੇ ਵੀ ਕਮਜ਼ੋਰ ਦਿਲ ਬਾਬੇ ਤਸ਼ਰੀਫ ਨਾ ਲਾਏ ਅਵੇ ਬਾਬਾ ਵੇਖ ਲਈ ਹਾਂਜੀ ਵੇਖ ਲਿਆ ਜਾ ਜਾ ਕੇ ਨਾ ਲੈ ਜਜ਼ੀਦੀ ਕਬਰ ਦੇਖ ਲਈ ਆਹੋ ਜੇ ਬਾਬੇ ਇੰਜ ਦੇ ਨੇ ਇੱਕ ਮੈਂ ਹੋਵਾਂ ਇੱਕ ਤੂੰ ਹੋਵੇਂ ਓਹੋ ਪਹਿਲੇ ਲੱਤ ਸਿੱਧੀ ਕਰ ਸਿੱਧੀ ਅਜੇ ਨਹੀਂ ਹੋਣੀ ਮੈਂ ਨਵਾਂ ਨਵਾਂ ਲਾਹੌਰ ਆਇਆ ਨਾ ਮੇਰੀ ਲੱਤ ਚ ਲੱਤ ਨਾ ਫਸਾਈ ਇੱਕ ਮੈਂ ਹੋਵਾਂ ਇੱਕ ਤੂੰ ਹੋਵੇਂ ਅੱਬਾ ਦੇਖ ਕੈਸੀ ਕੈਂਚੀ ਜਿਹੀ ਬਣੀ ਤਾਂ ਪੁੱਤ ਵਿੱਚ ਮੇਰਾ ਵੀ ਛੋਟਾ ਜਿਹਾ ਉਸ ਤਰ੍ਹਾਂ ਰੱਖ ਲਓ ਸੜੀ ਜਾਂਦੇ ਬੇਬੇ ਨੇ ਜਾ ਕੇ ਕੈਂਚੀ ਬਣਾ ਉਹ ਉੱਥੇ ਵਿਹਲੀ ਬੈਠਣੀ ਮਹੱਲੇ ਚ ਕਿਸੇ ਨੂੰ ਕੈਂਚੀ ਮਾਰਨ ਦੀ ਹੋਣੀ ਤਾਂ ਵੀ ਜਾਏਗਾ ਜਾਊਗਾ ਲੱਕ ਦੀ ਲਕੀਰ ਵੇ
ਹੈਲੋ ਹਜ਼ਾਰ ਵਾਰੀ ਕਹਿ ਵੀ ਹੈਲੋ ਹੀਰਾ ਮੰਡੀ ਆ ਖਾਲਾ ਜੀ ਆਪਣੇ ਮੁੰਡੇ ਨਾਲ ਗੱਲ ਕਰੋ ਲਓ ਭਾਈ ਜੀ ਹਾਂਜੀ ਆ ਤੁਹਾਡਾ ਪੁੱਤਰ ਮੇਰੇ ਕੋਲ ਹੀ ਖਲੋਤਾ ਖਾਲਾ ਜੀ ਐ ਸਰਦਾਰ ਸਾਹਿਬ ਹਾਂ ਕਰੇ ਗੱਲ ਮੇਰੀ ਕਰ ਭਾਈ ਹੈਲੋ ਹਾਂ ਮੈਂ ਬੋਲਣ ਡਿਆ ਅੱਛਾ ਅੱਛਾ ਇਹ ਵੀ ਮੇਰੇ ਮੁੰਡਾ ਦੱਸੇ ਨਹੀਂ ਤੂੰ ਬਾਬਾ ਲੱਕ ਦੀ ਲਕੀਰ ਪੀੜ ਕਿਉਂ ਕਰਦੀ ਹੈ ਕਾਕਾ ਮੈਂ ਵੇਖ ਕੇ ਦੱਸ ਸਕਣਾ ਹੋਰ ਕੀ ਕਰੇ ਹੁਣ ਦਿਲ ਵਾਲੇ ਹਿਲੇ ਤਾਰ ਤਾਰ ਵੇ ਯਾਰ ਵੇ ਪੱਟਾ ਤੇ ਮੁਕੀਆਂ ਵੇ ਤੇਰੀ ਮਾਰੀ ਮੁਕੀ ਪੱਟ ਤੇ ਮੁਕੀ ਮਾਰੀ ਮਾਰ ਸਕਦਾ ਜੀ ਡਾਇਰੈਕਟਰ ਜੀ ਹੋਇਆ ਕੁੱਤੇ ਦਾ ਪੁੱਤ ਨਰਗਸ ਦੇ ਪੱਟਾਂ ਉੱਤੇ ਮੁਕੀਆਂ ਦੀਦਾਰ ਦੇ ਹੱਥਾਂ 'ਚ ਹੱਥ ਉਹ ਸਾਡੇ ਨਾਲ ਤਕਰੀਬਨ ਮਰਨ ਵਾਲੀਆਂ ਔਰਤਾਂ ਪਾਈਆਂ ਉਹਨੂੰ ਪਿਓ ਬਣਾ ਦਿੱਤਾ ਮੈਨੂੰ ਨੌਕਰ ਬਣਾ ਦਿੱਤਾ ਆਪ ਉਹਦਾ ਵੱਡਾ ਮੁੰਡਾ ਬਣ ਕੇ ਉਹਦੀ ਕੁੱਛੜ ਚੜਿਆ ਸਾਰਾ ਜਾਣਾ ਹੋਵੇ ਉਹ ਤੇਰੀ ਭੈਣ ਲੱਗਦੀ ਹੈ ਜਾ ਸੂਆ ਜੋੜਾ ਵੇਖ ਜਾ ਕੇ ਹਰਕਤ ਨਾ ਕਰਨਾ ਪਾਣੀ ਨਹੀਂ ਆਉਂਦਾ ਸਾਡੇ ਤੇ ਕੰਬਲ ਪਾ ਦਿਓ ਯਾਰ ਮੈਂ ਕਿਹਾ ਤੁਸੀਂ ਜ਼ਰਾ ਟੁਰ ਜਾ ਸਾਨੂੰ ਘੰਟਾ ਲੱਗ ਜਾਣਾ ਜਾਣਦੇ ਪੁੱਤਰ ਤੂੰ ਮੇਰਾ ਪੁੱਤਰ ਏ ਉੱਤੇ ਤਾਂ ਨਹੀਂ ਵੇਖੀ ਜਾਂਦਾ ਭੈਣ ਆਪਣੀ ਛੜਾ ਬਰਾਬਰ ਤੇ ਛੜਾ ਦੇ ਹਾਲੇ ਨਹੀਂ ਟਾਈਮ ਹੋਇਆ ਸੋਹਣੇ ਬਾਬਾ ਯਾਰ ਵੇ ਪੱਟਾਂ ਦੇ ਮੁਕੀਆਂ ਵਾ ਸੋਹਣੇ ਚਾਚਾ ਯਾਰ ਵੇ ਲੈਣੀ ਜੇ ਤੂੰ ਕਾਰ ਵੇ ਬੰਦੇ ਸਾਰੇ ਲੈ ਜਾ ਆਪਣੇ ਕਾਰ ਵੇ ਕਿੱਡੀ ਮਾੜੀ ਗੱਲ ਕੀਤੀ ਬੰਦੇ ਲੈ ਜਾ ਸਾਰੇ ਆਪਣੇ ਘਰ ਵੇ ਮੇਰਾ ਇੱਕ ਦੋਸਤ ਕਹਿੰਦਾ ਤੂੰ ਮੇਰਾ ਫੋਨ ਹੀ ਨਹੀਂ ਚੁੱਕਦਾ ਬਸ ਮੇਰੇ ਸੁੱਤਾ ਪਿਆ ਸੀ ਚੁੱਕ ਲਿਆ ਮੈਂ ਤੇਰੀ ਇੱਜ਼ਤ ਇਸ ਲਈ ਕਰਨਾ ਅੰਦਰ ਵੱਡਾ ਚੂਹਾ ਰਹਿੰਦਾ ਤੂੰ ਉਹਦਾ ਪੁੱਤਰ ਹੈ ਮੇਰਾ ਪੁੱਤਰ 40,000 ਦਾ ਮੋਬਾਈਲ ਹੈ ਜੀ 40,000 ਰੁਪਏ ਦਾ ਬਕਵਾਸ ਦਾ ਕਰ 40,000 ਦਾ ਮੋਬਾਈਲ ਸਾਲਿਆ ਤੇਰੇ ਕੋਲ 40,000 ਹੁੰਦਾ ਤੇਰੀ ਭੈਣ ਥੱਲੇ ਖਿਲਰੀ ਪਈ ਹੁੰਦੀ ਉਹ ਸਟਾਈਲ ਹੈ ਓਲਾ ਉਹਦੇ ਕੋਲ ਲੱਖਾਂ ਪੜਿਆ ਹੁੰਦਾ ਇੰਜੀ ਖਿਲਰੀਆਂ ਹੁੰਦੀਆਂ ਓਏ ਤੇਰਾ ਡਾਇਲੌਗ ਹੈ ਮਸਤ ਹੋਇਆ ਸਾਲਿਆ ਬੋਲ ਉਹ ਵੀ ਲੈਣਾ ਭੁੱਲੇ ਹੈ ਆਪਣੀ ਬੀਵੀ ਨੂੰ ਕਹਿੰਦਾ ਜਾਨ ਜੇ ਮੈਂ ਲੰਡਨ ਜਾਵਾਂ ਤੇਰੇ ਲਈ ਕੀ ਭੇਜਾਂ ਉਹ ਕਹਿੰਦੀ ਜਾਨੂੰ ਪਰਫਿਊਮ ਲਈ ਆਉਣਾ ਇਹ ਕਹਿੰਦਾ ਜੇ ਮੈਂ ਇੰਡੀਆ ਜਾਵਾਂ ਤਾਂ ਕੀ ਭੇਜਾਂ ਉਹ ਕਹਿੰਦੀ ਜਾਨੂੰ ਸਾੜੀ ਲਈ ਆਉਣਾ ਇਹ ਕਹਿੰਦਾ ਜੇ ਮੈਂ ਪਿਸ਼ਾਵਰ ਜਾਵਾਂ ਉਹ ਕਹਿੰਦੀ ਜਾਨੂੰ ਆਪਣੀ ਵੀਡੀਓ ਲਈ ਆਉਣਾ ਚਪੇੜਾ ਇਹ ਮੁੰਡੇ ਦਾ ਮੁੰਡਾ
ਇਹ ਦੀਦਾਰ ਦੀ ਅੰਮੀ ਬਗੈਰਤਾ ਗੌਰ ਨਾ ਲੈਣੀ ਸੀ ਉਹਦੀ ਨੀ ਸੀ ਲਈ ਚੁੰਮੀ ਉਹ ਮੈਂ ਸਾਂ ਉਹ ਚਾਚਾ ਤੂੰ ਅੱਗੋਂ ਬੋਲਿਆ ਨਹੀਂ ਤੇਰਾ ਬਚਪਨ ਕੋਈ ਚੰਗਾ ਨਹੀਂ ਲੰਘਿਆ ਕਾਕਾ ਜਿੱਥੋਂ ਤੂੰ ਚੁੰਮੀ ਲਈ ਆ ਬਚਪਨ ਤੇਰਾ ਵੀ ਚੰਗਾ ਨਹੀਂ ਲੰਘਿਆ ਮੁੰਡਾ ਨਾਮ ਰੱਖੇ ਨਾ ਬਿੱਲੀ ਪਈ ਸੀ ਉਹਦੀ ਚੁੰਮੀ ਲਈ ਜਾਵੇ ਚੱਲ ਚੱਲ ਮਾਫੀ ਮੰਗ ਕਾਦੀ ਮਾਫੀ ਮੰਗ ਓ ਅਸੀਂ ਨਹੀਂ ਮਾਫੀ ਮੰਗਦੇ ਔਰ ਮਾਫੀ ਤੇ ਤੇਰਾ ਪਿਓ ਵੀ ਮੰਗੇਗਾ ਉਹਦੇ ਕੋਲ ਮੰਗਵਾ ਲਾ ਕਿੱਡੀ ਮਾੜੀ ਗੱਲ ਕਹਿੰਦਾ ਉਹਦੇ ਕੋਲ ਮੰਗਵਾ ਲਾ ਹੁਣ ਪੂਰਾ ਲਾਹੌਰ ਮਾਫੀ ਮੰਗਦਾ ਚੰਗਾ ਲੱਗੇਗਾ ਬਹੁਤ ਮਾੜੀ ਗੱਲ ਤੇਰਾ ਬੇਟੇ ਨੂੰ ਉਹ ਹੜੱਪੇ ਦੇ ਕੰਜਰਾ ਗੁੱਸਾ ਕਰਕੇ ਬੇ ਕੰਮ ਗੱਦੋ ਦਾ ਮੁੰਡਾ ਤਮੀਜ਼ ਨਾਲ ਕਿਹੜੀ ਕੰਮ ਗੱਦੋ ਆ ਗਈ ਮਾਮਾ ਉੱਤੇ ਤੇਰੀਆਂ ਰਗਾਂ 'ਚ ਮੇਰਾ ਖੂਨ ਆ ਐਡਾ ਤੂੰ ਮੱਛਰ ਇਹ ਮੁੰਡਾ ਮੱਛਰ ਕਹਿੰਦਾ ਮਾਂ ਤੇਰੀ ਕਹਿੰਦੀ ਸੀ ਐਡਾ ਮੱਛਰ ਆ ਮਾਫੀ ਮੰਗ ਮੈਂ ਨਹੀਂ ਮੰਗਦਾ ਇਹਨਾਂ ਕੋਲੋਂ ਮਾਫੀ ਸਾਨੂੰ ਨਾ ਕਰ ਸਾਨੂੰ ਤੂੰ ਦੋ ਤਿੰਨ ਜਾਣੇ ਓਏ ਤੂੰ ਸਾਨੂੰ ਨਹੀਂ ਜਾਣਦਾ ਸੀ ਕੌਣ ਆ ਕੌਣ ਐ ਤੂੰ ਗੁੰਡੇ ਰਨ ਆ ਗੁੰਡੀਏ ਰਨੇ ਗੱਲ ਕਰ ਬਗੈਰਤਾ ਉਹਨੂੰ ਪਤਾ ਲੱਗ ਵੀ ਗਮ ਗੱਦੋ ਦਾ ਮੁੰਡਾ ਉਹਨੇ ਬਗੈਰਤ ਕਿਹਾ ਕੋ ਹਸਣ ਦਾ ਜਵਾਬ ਨਹੀਂ ਦੇਂਦਾ ਆਪਣਾ ਟੀਪੂ ਸੁਲਤਾਨ ਦੇ ਮੁੰਡਿਆ ਉਹ ਅੰਦਰ ਚਲਾ ਗਿਆ ਆ ਗੁੰਡੀਏ ਰੰਨੇ ਕੀ ਐ ਜੇ ਤੂੰ ਗੁੰਡੀ ਰੰਨੇ ਤੇ ਮੈਂ ਵੀ ਜੇਲਰ ਆ ਉਹ ਤੂੰ ਜੇਲਰ ਆ ਆਓ ਤੇਰਾ ਬੇੜਾ ਤਰ ਜੇ ਕਿਉਂ ਰਾਤ ਜੇਲ ਬੰਦ ਕਰਕੇ ਸੌ ਗਿਆ ਹਾਂ ਕੈਦੀ ਸਾਰੀ ਰਾਤ ਅੰਦਰ ਵੜਨ ਨੂੰ ਤਰਸਦਾ ਰਿਹਾ ਮੈਂ ਸਾਰੇ ਕੈਦੀ ਭਾਈਜਾਨ ਅੰਦਰ ਜੇਲ ਚ ਵਾੜੇ ਨੇ ਢਲਾਈ ਅੰਦਰ ਵਾੜ ਲਈ ਤਾਂ ਢਲਾਈ ਟਾਈਮ ਗਏ ਆ ਗੁੰਡੀਏ ਰੰਨੇ ਓਏ ਜੇਲਰਾ ਸਾਨੂੰ ਗੁੰਡੇ ਰਾਨੀ ਕਹਿ ਦਿੱਤਾ ਇੱਕ ਤੇ ਸਾਨੂੰ ਇਸ ਜਗ ਦੀ ਸਮਝ ਨਹੀਂ ਆਉਂਦੀ ਤੇ ਤੂੰ ਗਲਾਸ ਲੈ ਲੈ ਲਾ ਇੱਕ ਤੇ ਸਾਨੂੰ ਇਸ ਗਲਾਸ ਅੱਜ ਉਹ ਵਿਚਾਰੀ ਉਹ ਮੈਂ ਜੇਲਰ ਦਾ ਡਾਇਲੌਗ ਬੋਲ ਕੇ ਵੇਲੀ ਹੋ ਮੈਂ ਤਾਲਾ ਮਾਰ ਕੇ ਬੱਚਿਆਂ ਕੋ ਵੀ ਜਾਣਾ ਕੁੜੀ ਭੁੱਲ ਗਈ ਵੀ ਸੁੱਤੀ ਕਿਉਂ ਨਹੀਂ ਵਿਚਾਰੀ ਆ ਜੇਲਰ ਸਾਨੂੰ ਗੁੰਡੇ ਰਾਨੀ ਕਹਿ ਦਿੱਤਾ ਜੇਲਰ ਆ ਗਾਲਾਂ ਨਾ ਕੱਢੇ ਉਂਝ ਮੈਂ ਕੋ ਚਾਹ ਚੂ ਮੰਗਾ ਲੈ ਮਾਫੀ ਮੰਗ ਨਹੀਂ ਮੰਗਣੀ ਆ ਮਾਫੀ ਮੰਗ ਨਹੀਂ ਆ ਮਾਫੀ ਮੰਗ ਨਹੀਂ ਆ ਮਾਫੀ ਮੰਗ ਮਾਫ ਕਰਦੇ ਹੋ ਤੇਰੇ ਸਦਕੇ ਜਾਵਾਂ ਚੈਨਾ ਦਾ ਬਦਮਾਸ਼ ਨਿਕਲਿਆ ਵਾਹ 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 ਤੇਰੇ ਸਦਕੇ ਕਾਕਾ ਬਹੁਤ ਚੰਗਾ ਵੀ ਵਾਹ ਕਿਵੇਂ ਚਾਚਾ ਜੀ ਉਹ ਇਹਦੀ ਗੱਲ ਤੂੰ ਮੰਨ ਲਈ ਸਾਲਿਆ ਆਹੋ ਉਹ ਇੰਨਾ ਇਤਰਾਮ ਸਗੀ ਮਾਂ ਦਾ ਕੀਤਾ ਹੁੰਦਾ ਤੈਨੂੰ ਅਕਬਰੀ ਹੱਜ ਨਸੀਬ ਹੋਣਾ ਸੀ ਔਰ ਤੂੰ ਇਹਨਾਂ ਦੀ ਗੱਲਾਂ 'ਚ ਨਾ ਟੈਨਸ਼ਨ ਨਾ ਲਈ ਇਹ ਨਾ ਬੁੱਲੜ ਜਾਣੀ ਇਹਦੇ ਨਾਲ ਹੋਣਾ ਮੇਰਾ ਵਿਆਹ ਅੱਛਾ ਤੂੰ ਟੈਨਸ਼ਨ ਨਹੀਂ ਲੈਣੀ ਵਿਆਹ ਮੈਂ ਉਹਦੇ ਨਾਲ ਹੀ ਕਰਾਂਗੀ ਕਦੀ ਕਦੀ ਤੈਨੂੰ ਵੀ ਟਾਈਮ ਦੇਵਾਂਗੀ ਬਾ ਮੈਨੂੰ ਵੀ ਇੰਨਾ ਕੀ ਟਾਈਮ ਚਾਹੀਦਾ ਹੈ ਮੇਰਾ ਗੈਰਤ ਨਾਲ ਕੋਈ ਤਲਕ ਨਹੀਂ ਮੈਨੂੰ ਤਾਂ ਗੈਰਤ ਆਉਂਦੀ ਹੀ ਨਹੀਂ ਉਹ ਮੇਰੇ ਕੋਲੋਂ ਤੇ ਗੈਰਤ ਇੰਜ ਮੁੜ ਜਾਂਦੀ ਜਿਵੇਂ ਗੋਲ ਚੱਕਰ ਤੋਂ ਗੱਡੀ ਨਹੀਂ ਮੁੜ ਜਾਂਦੀ ਮੈਨੂੰ ਵਿਆਹ ਦੀ ਤਿਆਰੀ ਕਰੀਏ ਵਿਆਹ ਵੀ ਹੋਇਆ ਇੱਧਰ ਬੈਠੇ ਹੀ ਇੱਧਰ ਬੈਠੇ